ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਹਨਾਂ ਦਾ ਜਨਮ ਸਰਦਾਰ ਮਹਾਂ ਸਿੰਘ ਦੇ ਘਰ ਮਾਤਾ ਰਾਜ ਕੌਰ ਜੀ ਦੀ ਕੁੱਖੋਂ ਹੋਇਆ ਹੈ ਅਤੇ ਸ਼ੇਰੇ ਪੰਜਾਬ ਦੇ ਦਾਦਾ ਉਹਨਾਂ ਦਾ ਨਾਮ ਸੀ ਸਰਦਾਰ ਚੜ੍ਹਤ ਸਿੰਘ ਜੀ। ਸਰਦਾਰ ਚੜ੍ਹਤ ਸਿੰਘ ਕੋਲ ਵੈਸੇ ਚੇਤੇ ਰੱਖਿਓ 25 ਕਿੱਲੇ ਪੈਲੀ ਸੀ। ਵੈਸੇ 25 ਕਿੱਲਿਆਂ ਵਾਲਾ ਕੋਈ ਬਹੁਤਾ ਅਮੀਰ ਤਾਂ ਨਹੀਂ ਹੁੰਦਾ, ਪਰ ਠੀਕ ਹੈ, ਸਰਦਾਪੁਰ ਦਾ ਪਰਿਵਾਰ ਹੈ। ਸ਼ੇਰੇ ਪੰਜਾਬ ਦਾ ਦਾਦਾ ਅਤੇ ਦਾਦੇ ਦਾ ਪਿਤਾ ਕਹਿ ਲਓ ਪੜਦਾਦਾ, ਇਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਚਰਨ ਛੋਹ ਲਈ ਹੈ। ਸ਼ੇਰੇ ਪੰਜਾਬ ਦਾ ਦਾਦਾ ਸਰਦਾਰ ਚੜ੍ਹਤ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਚੱਪੜਚਿੜੀ ਦੇ ਮੈਦਾਨ ਤੇ ਅਨੇਕਾਂ ਮੈਦਾਨਾਂ ਦੇ ਅੰਦਰ ਪਠਾਣਾਂ ਦੇ ਨਾਲ ਜੂਝਦਾ ਰਿਹਾ ਸ਼ੇਰੇ ਪੰਜਾਬ ਦਾ ਦਾਦਾ। 1780 ਨੂੰ 13 ਨਵੰਬਰ ਜਨਮ ਅਸਥਾਨ ਹੈ ਸ਼ੇਰੇ ਪੰਜਾਬ ਦਾ, ਤੇ ਉਹ ਹੈ ਗੁਜਰਾਂਵਾਲਾ ਦਾ, ਜਿਹੜਾ ਅੱਜ ਕੱਲ ਪਾਕਿਸਤਾਨ ਚ ਹੈ। ਤੇ ਉਹਨਾਂ ਦੇ ਪਿਤਾ ਜੀ ਸਰਦਾਰ ਮਾਹ ਸਿੰਘ ਜੀ ਉਹ ਸ਼ੁਕਰ ਚੱਕੀਆ ਮਿਸਲ ਦੇ ਆਗੂ ਸਨ। ਸ਼ੇਰੇ ਪੰਜਾਬ ਦੇ ਪਿਤਾ ਨੇ ਕਈ ਸਾਰੇ ਇਲਾਕੇ ਪਠਾਣਾ ਨਾਲ ਉਸ ਵੇਲੇ ਹਾਕਮਾਂ ਨਾਲ ਜੰਗ ਲੜ ਕੇ ਜਿੱਤੇ ਹੋਏ ਨੇ। ਸ਼ੇਰੇ ਪੰਜਾਬ ਦਾ ਜਨਮ ਹੁੰਦਾ ਉਮਰ 4-5 ਸਾਲ ਦੀ ਹੁੰਦੀ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦੇ ਸਰੀਰ ਦੇ ਉੱਤੇ ਇੱਕ ਰੋਗ ਆ ਜਾਂਦਾ, ਜਿਹੜੇ ਰੋਗ ਨੂੰ ਆਪਾਂ ਚੇਚਕ ਕਹਿ ਦਿੰਦੇ ਹਾਂ, ਆਪਣੇ ਪਿੰਡਾਂ 'ਚ ਇੱਕ ਸ਼ਬਦ ਵਰਤਦੇ ਆ ਮਾਤਾ ਨਿਕਲ ਆਈ। ਉਹ ਰੋਗ ਉਹਦੇ ਪਿੰਡੇ 'ਤੇ ਪੈਦਾ ਹੋਇਆ। ਵੈਦ ਨੇ ਆ ਕੇ ਵੇਖਿਆ ਅਤੇ ਸ਼ੇਰੇ ਪੰਜਾਬ ਦੀ ਇੱਕ ਅੱਖ ਬੈਠ ਗਈ, ਅੱਖ ਤੋਂ ਦਿਖਣ ਹੋ ਰਿਹਾ। ਸ਼ੇਰੇ ਪੰਜਾਬ ਦੇ ਪਿਤਾ ਜੀ ਕੋਲ ਵੈਦ ਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਸਰਦਾਰ ਮਾਹ ਸਿੰਘ ਜੀ, ਤੁਹਾਡਾ ਪੁੱਤਰ ਸ਼ਾਇਦ ਹੁਣ ਇਸ ਅੱਖ ਤੋਂ ਸਾਰੀ ਉਮਰ ਨਾ ਦੇਖ ਪਾਏ। ਸਰੀਰ ਵੀ ਸ਼ੇਰੇ ਪੰਜਾਬ ਦਾ ਜਿਹੜਾ ਸੀ ਉਹ ਸੁੱਕਣਾ ਸ਼ੁਰੂ ਹੋ ਗਿਆ। ਸਰੀਰ ਜਿਹੜਾ ਸੀ ਨਾ ਸ਼ੇਰੇ ਪੰਜਾਬ ਜੀ ਦਾ ਦੁਬਲਾ ਪਤਲਾ ਸਰੀਰ ਸੀ, ਅਤੇ ਉਸ ਵੇਲੇ ਇਤਿਹਾਸਕਾਰ ਜਿਹੜੇ ਸ਼ਬਦ ਵਰਤਦੇ ਆ ਕਿ ਸ਼ੇਰੇ ਪੰਜਾਬ ਦੇ ਚਿਹਰੇ ਉੱਤੇ ਵੀ ਉਸ ਰੋਗ ਦੇ ਦਾਗ ਪਏ ਸਨ, ਜ਼ਖਮਾਂ ਦੇ ਦਾਗ ਸਨ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਮਰ ਕਰੀਬਨ 12 ਸਾਲਾਂ ਦੀ ਹੋਈ, ਅਤੇ ਇਹਨਾਂ ਦੇ ਪਿਤਾ ਜੀ ਸਰਦਾਰ ਮਾਹ ਸਿੰਘ ਜੀ, ਵੈਸੇ ਜਦੋਂ ਜਨਮ ਹੋਇਆ ਅਤੇ ਬਚਪਨ ਵਿੱਚ ਸ਼ੇਰੇ ਪੰਜਾਬ ਦੇ ਪਿਤਾ ਨੇ ਉਹ ਇੱਕ ਜੰਗ ਲੜ ਰਹੇ ਸੀ, ਅਤੇ ਜਦੋਂ ਜਾ ਕੇ ਕਿਸੇ ਦੇ ਖਬਰ ਦਿੱਤੀ ਕਿ ਤੁਹਾਡੇ ਘਰ ਇੱਕ ਪੁੱਤਰ ਦਾ ਜਨਮ ਹੋਇਆ, ਸਿੰਘ ਸਾਹਿਬ ਦਾ ਜਨਮ ਹੋਇਆ ਸ਼ਬਦ ਵਰਤਿਆ ਗਿਆ, ਅਤੇ ਉਸ ਵੇਲੇ ਮਾਹ ਸਿੰਘ ਨੇ ਪੁੱਛਿਆ ਨਾਮ ਕੀ ਰੱਖਿਆ। ਮਾਹ ਸਿੰਘ ਨੂੰ ਅਹਿਲਕਾਰ ਸ਼ਬਦ ਕਹਿੰਦੇ, ਜੀ ਨਾਮ ਤੇ ਅਜੇ ਰੱਖਿਆ ਨਹੀਂ। ਉਸ ਵੇਲੇ ਮਾਹ ਸਿੰਘ ਸ਼ਬਦ ਵਰਤਿਆ, ਮੇਰੇ ਪੁੱਤਰ ਨੇ ਅੱਜ ਰਣ ਜਿੱਤਿਆ ਹੈ, ਅਸੀਂ ਤੇ ਜਨਮ ਲਿਆ, ਇਸ ਕਰਕੇ ਉਹਨਾਂ ਦਾ ਨਾਮ ਰਣਜੀਤ ਹੋਵੇਗਾ। ਰਣਜੀਤ ਨਾਮ ਰੱਖਿਆ ਜਾਂਦਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਮਰ ਕਰੀਬਨ 12 ਸਾਲਾਂ ਦੀ ਹੋਈ ਤੇ ਮਾਹ ਸਿੰਘ ਜੀ ਉਹਨਾਂ ਦੇ ਪਿਤਾ ਦੀ ਚਲਾਣਾ ਕਰ ਗਏ, ਸ਼ੁਕਰ ਚੱਕੀਆ ਮਿਸਲ ਦੇ ਆਗੂ ਸਨ। ਸ਼ੇਰੇ ਪੰਜਾਬ ਦੇ ਪਿਤਾ ਜੀ ਜਦੋਂ ਚਲਾਣਾ ਕਰਦੇ ਆ, ਇੱਕ ਮਨ ਵਿੱਚ ਫਿਕਰ ਸੀ ਕਿ ਮੇਰਾ ਪੁੱਤਰ ਪਤਾ ਨਹੀਂ ਮਿਸਲ ਦਾ ਭਾਰ ਚੁੱਕ ਸਕੇ ਕਿ ਨਾ ਚੁੱਕ ਸਕੇ, ਕਿਉਂਕਿ ਸਰੀਰ ਪਤਲਾ ਹੈ, ਚਿਹਰੇ ਦੇ ਉੱਤੇ ਇਹ ਰੋਗ ਇਹ ਦਾਗ ਨੇ, ਇੱਕ ਅੱਖ ਤੋਂ ਵਿਖਦਾ ਕੋਈ ਨਹੀਂ। ਪਰ ਉਸ ਵੇਲੇ ਸ਼ੁਕਰ ਚੱਕੀਆ ਮਿਸਲ ਦੇ ਪੁੱਤਰ ਮਾਹ ਸਿੰਘ ਦੇ ਪੁੱਤਰ ਸਰਦਾਰ ਰਣਜੀਤ ਸਿੰਘ ਮਹਾਰਾਜਾ ਇਹਨਾਂ ਨੇ ਜਦੋਂ 12 ਸਾਲਾਂ ਦੀ ਆਰਵਲਾ ਹੋਈ, ਅਤੇ ਉਸ ਵੇਲੇ ਜਿਹੜੀ ਦੇਖ ਰੇਖ ਸੀ ਨਾ ਰਾਜ ਦੀ ਕਹਿ ਲਓ,
ਵੈਸੇ ਉਹ ਰਾਜ ਨਹੀਂ ਜਿਹੜਾ ਪੰਜਾਬ ਦਾ ਰਾਜ ਆਇਆ, ਸ਼ੁਕਰ ਚੱਕੀਆ ਮਿਸਲ ਦਾ ਜਿੰਨਾ ਕੁ ਸੀ ਉਹਨਾਂ ਦੇ ਵੇਲੇ, ਉਸ ਵੇਲੇ ਸਰਦਾਰ ਮਾਂ ਸਿੰਘ ਦੀ ਸਪਤਨੀ ਮਾਤਾ ਰਾਜ ਕੌਰ ਜੀ ਰਾਜ ਭਾਗ ਉਹ ਸਾਂਭਦੇ ਰਹੇ, ਮਿਸਲ ਸਾਂਭੀ, ਪੁੱਤਰ ਦੇ ਸਿਰ ਤੇ ਜ਼ਿੰਮੇਵਾਰੀ ਪਾਉਣੀ ਚਾਹੁੰਦੇ ਆ ਪਰ ਹਜੇ ਉਮਰ ਨਹੀਂ ਇੰਨੀ। ਉਸ ਵੇਲੇ ਪੁੱਤਰ ਨੂੰ ਮਾਂ ਚਾਹੁੰਦੀ ਹੈ ਕਿ ਇਹ ਦੁਨੀਆਂ ਦੀ ਤਾਲੀਮ ਲਵੇ, ਦੁਨੀਆਂ ਦੀ ਤਾਲੀਮ, ਦੁਨੀਆਂ ਦੀ ਤਾਲੀਮ ਲੈਣ ਵਾਸਤੇ, ਗਿਆਨ ਲੈਣ ਵਾਸਤੇ ਪੜ੍ਹਨ ਭੇਜਿਆ ਜਾਂਦਾ, ਪਰ ਸ਼ੇਰੇ ਪੰਜਾਬ ਦੀ ਰੁਚੀ ਉਹ ਦੁਨੀਆਂ ਦੀ ਪੜ੍ਹਾਈ ਵਿੱਚ ਬਹੁਤ ਘੱਟ ਸੀ, ਪਰ ਉਹਨਾਂ ਦੀ ਰੁਚੀ ਘੋੜ ਸਵਾਰੀ ਵਿੱਚ, ਸ਼ਸਤਰ ਵਿੱਦਿਆ ਵਿੱਚ ਅਤੇ ਹੋਰ ਕਰਮਾਂ ਵਿੱਚ ਬਹੁਤ ਸਾਰੀ ਰੁਚੀ ਸੀ। ਉਹਨਾਂ ਨੇ ਪੜ੍ਹਨ ਵਾਸਤੇ ਤਾਲੀਮ ਲੈਣ ਜਾਣਾ, ਪਰ ਰਸਤੇ ਵਿੱਚ ਆਪਣੇ ਮਿੱਤਰਾਂ ਨਾਲ, ਦੋਸਤਾਂ ਨਾਲ, ਜੋ ਨਾਲ ਪੜ੍ਹਨ ਜਾਂਦੇ ਸੀ ਉਹਨਾਂ ਨਾਲ ਰਲ ਮਿਲ ਕਰਕੇ ਜੰਗਲ ਵਿੱਚ ਸ਼ਿਕਾਰ ਖੇਡਣ ਲੱਗ ਪੈਣਾ। ਇਤਿਹਾਸਕਾਰ ਕਹਿੰਦੇ ਹੈ ਉਸ ਵੇਲੇ ਸ਼ੇਰੇ ਪੰਜਾਬ ਦੀ ਉਮਰ 13 ਸਾਲਾਂ ਦੀ ਹੋ ਗਈ ਤੇ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਜਿਹੜੀ ਜੰਗ ਵਿੱਚ ਉਹਨਾਂ ਦੀ ਸ਼ਹਾਦਤ ਕਹਿ ਲਈਏ, ਸ਼ਬਦ ਵਰਤਣ, ਮੌਤ ਹੋਈ ਜਿਨ੍ਹਾਂ ਨੇ ਮਾਰਿਆ, ਉਹ ਪਠਾਨ ਵੀ ਉਸੇ ਜੰਗਲ ਵਿੱਚ ਸ਼ਿਕਾਰ ਖੇਡਣ ਆਇਆ, ਉਹਦੇ ਨਾਲ 40-45 ਹੋਰ ਕਹਿ ਲਈਏ ਅਹਿਲਕਾਰ ਨੇ, ਸਿਪਾਹੀ ਨੇ, ਉਹ ਪਠਾਨ ਖੇਡਣ ਵਾਸਤੇ ਆਇਆ ਸ਼ਿਕਾਰ। ਇਧਰੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹਜੇ ਮਹਾਰਾਜਾ ਨਹੀਂ ਬਣੇ, ਉਮਰ 13 ਸਾਲਾਂ ਦੀ, ਸਰੀਰ ਦੁਬਲਾ ਪੁਤਲਾ ਜਾ, ਪਰ ਇਹ ਵੀ ਸ਼ਿਕਾਰ ਖੇਡਣ ਵਾਸਤੇ ਜੰਗਲ ਚਲੇ ਗਏ, ਆਪਣੇ ਸਾਥੀਆਂ ਨਾਲ ਵਿਛੜ ਗਏ, ਥੋੜਾ ਅੱਗੇ ਨਿਕਲ ਗਏ, ਘੋੜ ਸਵਾਰ ਸੀ, ਘੋੜਾ ਦੌੜਿਆ, ਬਹੁਤ ਅੱਗੇ ਨਿਕਲ ਗਏ। ਅੱਗੇ ਜਾ ਕੇ ਜਦੋਂ ਨਿਗਾਹ ਮਾਰਦੇ ਆ, ਵੇਖਦੇ ਆ ਤੇ ਉਹਨਾਂ ਦੇ ਇਲਾਕੇ ਵਿੱਚ ਚਲੇ ਗਏ, ਜਿਹੜੇ ਚੱਠੇ, ਉਹਨਾਂ ਦਾ ਚੱਠਾ ਇੱਕ ਮਿਸਲ ਕਹਿ ਲਓ ਜਾਂ ਉਹਨਾਂ ਦਾ ਇਲਾਕਾ ਸੀ, ਇਹ ਜਿਹੜਾ ਚੱਠਾ ਆਗੂ ਸੀ ਇਹਨੇ ਮਾਂ ਸਿੰਘ ਨੂੰ ਖਤਮ ਕੀਤਾ ਹੈ। ਉਹ ਚੱਠੇ ਨੇ ਵੇਖਿਆ, ਰਮਜ਼ਾਨ ਖਾਨ ਚੱਠਾ ਉਹਦਾ ਨਾਂ ਸੀ, ਰਮਜ਼ਾਨ ਖਾਨ ਨੇ ਵੇਖਿਆ ਵੀ ਸ਼ੇਰੇ ਪੰਜਾਬ ਆਇਆ, ਰਣਜੀਤ ਸਿੰਘ ਆਇਆ, ਇਹ ਮਾਂ ਸਿੰਘ ਦਾ ਪੁੱਤਰ ਹੈ, ਹਜੇ ਰਾਜ ਭਾਗ ਨਹੀਂ ਹੈ, ਇਹ ਮਾਂ ਸਿੰਘ ਦਾ ਪੁੱਤਰ ਹੈ, ਮੈਂ ਬਦਲਾ ਲਵਾਂ, ਉਹਦੇ ਪੁੱਤਰ ਨੂੰ ਖਤਮ ਕਰ ਦਵਾਂ। 13 ਸਾਲ ਦੀ ਉਮਰ ਹੈ, ਉਹ ਪਠਾਨ ਦੀ ਉਮਰ ਤਕਰੀਬਨ 43 ਸਾਲਾਂ ਦੀ ਸੀ, ਪਰ ਜੋਵਨ ਉਹਦਾ ਸਰੀਰ ਬੜਾ ਤਕੜਾ। ਇੱਧਰ ਮਹਾਰਾਜਾ ਰਣਜੀਤ ਸਿੰਘ, ਰਣਜੀਤ ਸਿੰਘ ਦਾ ਸਰੀਰ ਦੁਬਲਾ ਪਤਲਾ ਜਾ, ਘੋੜ ਸਵਾਰ ਹੈ, ਬਸ ਹੱਥ ਵਿੱਚ ਇੱਕ ਸ਼੍ਰੀ ਸਾਹਿਬ ਹੈ। ਪਰ ਗਏ ਉਹ ਚੱਠਾ ਪ੍ਰਧਾਨ ਜਿਹੜਾ ਆਗੂ ਹੈ, ਉਹ ਇੱਕ ਸ਼ਬਦ ਕਹਿੰਦੇ, ਅੱਜ ਮੈਂ ਤੈਨੂੰ ਖਤਮ ਕਰ ਦਾਂਗਾ, ਤੂੰ ਮੇਰਾ ਦੁਸ਼ਮਣ ਦਾ ਬੇਟਾ ਹੈ। ਰਣਜੀਤ ਸਿੰਘ ਨੇ ਕਿਹਾ, ਜੇ ਦੁਸ਼ਮਣੀ ਖੇਡਣੀ ਹੈ ਨਾ ਤੇ ਜੰਗ ਦੇ ਮੈਦਾਨ ਵਿੱਚ ਆ, ਤੁਸੀਂ 40-45 ਮੈਨੂੰ ਘੇਰ ਕੇ ਖਤਮ ਕਰ ਸਕਦੇ ਹੋ, ਪਰ ਜੇ ਹਿੰਮਤ ਹੈ ਤੇ ਮੇਰੇ ਇਕੱਲੇ ਨਾਲ ਜੂਝ ਕੇ ਵਿਖਾਓ। ਜਦੋਂ ਸ਼ਬਦ ਇਹ ਵਰਤਿਆ ਨਾ ਤੇ ਉਸ ਵੇਲੇ ਸੱਜਣ ਸ਼ਬਦ ਕਹਿੰਦਾ, ਸ਼ੇਰੇ ਪੰਜਾਬ ਨੂੰ ਫਿਰ ਪਠਾਨ ਨੇ ਕਿਹਾ, ਜੇ ਹਿੰਮਤ ਦੀ ਗੱਲ ਕਰਨਾ ਆ ਸਭ ਤੋਂ ਪਹਿਲਾਂ ਮੇਰੇ ਨਾਲ ਜੂਝ। ਹੁਣ ਇੱਕ ਪਾਸੇ ਉਮਰ 13 ਸਾਲਾਂ ਦੀ, ਦੁਬਲਾ ਪਤਲਾ ਸਰੀਰ, ਇੱਕ ਪਾਸੇ ਉਮਰ 43 ਸਾਲਾਂ ਦੀ, ਉਮਰ ਦਾ ਵਕਫਾ ਵੀ ਹੈ। ਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ 13 ਸਾਲਾਂ ਦੀ ਉਮਰ ਵਿੱਚ ਐਸੇ ਜੰਗ ਦੇ ਕਰਤੱਬ ਵਿਖਾਉਂਦਾ ਕਿ ਉਹ ਜਿਹੜਾ ਚੱਠਾ ਉਹਨਾਂ ਦਾ ਆਗੂ ਸੀ ਉਹਦੀ ਧੌਣ ਲਾ ਕੇ ਰੱਖ ਦਿੰਦਾ ਹੈ, ਤੇ ਜਦੋਂ ਧੌਣ ਲਾ ਕੇ ਰੱਖੀ ਤੇ ਉੱਥੇ ਧੌਣ ਸ਼੍ਰੀ ਸਾਹਿਬ ਦੇ ਉੱਤੇ ਟੰਗ ਕੇ ਆਪਣੇ ਪਿੰਡ ਗੁਜਰਾਂ ਵਾਲੇ ਲਿਆਇਆ ਸੀ ਰਣਜੀਤ ਸਿੰਘ 13 ਸਾਲਾਂ ਦੀ ਉਮਰ 'ਚ, ਜੰਗਜੂ ਸੀ ਬਚਪਨ 'ਚ। ਹੁਣ ਜਦੋਂ ਲਿਆ ਆਇਆ ਤੇ ਉਸ ਵੇਲੇ ਜਿਹੜੇ ਉਹ ਪਠਾਨ ਸੀ ਉਹ ਸਾਰੇ ਵੱਡੇ ਹੈਰਾਨ ਹੋਏ
ਵੀ ਉਮਰ ਛੋਟੀ ਜੀ ਨਿਆਣੀ ਮਾਹ ਸਿੰਘ ਦਾ ਪੁੱਤਰ ਇਸ ਤਰ੍ਹਾਂ ਸੀਸ ਲੈ ਗਿਆ। ਵਕਤ ਪੈਂਦਾ ਗਿਆ, ਇਤਿਹਾਸਕਾਰ ਕਹਿੰਦੇ ਆ 19 ਸਾਲ ਦੀ ਉਮਰ ਹੋਈ ਸ਼ੇਰੇ ਪੰਜਾਬ ਦੀ। ਕੁਝ ਇਤਿਹਾਸਕਾਰ ਇਹ ਵੀ ਕਹਿੰਦੇ ਵੀ ਇਹ ਘਟਨਾ 19 ਸਾਲ ਦੀ ਉਮਰ ਚ ਹੋਈ ਹੈ, ਪਰ ਮੈਂ ਜਿਹੜੀ ਬੇਨਤੀ ਕਰਾਂ ਕੁਝ 13 ਸਾਲਾਂ ਦੀ ਉਮਰ ਚ ਕਹਿੰਦੇ ਆ। ਪਰ ਜੋ ਵੀ ਸੀ ਵੀ ਉਮਰ ਬਿਲਕੁਲ 20 ਸਾਲਾਂ ਤੋਂ ਘੱਟ ਹੈ ਤੇ ਪਠਾਨ ਦੀ ਉਮਰ 40 ਤੋਂ ਜ਼ਿਆਦਾ ਹੈ। ਵਕਤ ਬਣਦਿਆ ਰਿਹਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਦੋਂ ਫਿਰ ਯੋਗ ਹੋ ਗਏ ਰਾਜ ਭਾਗ ਸਾਂਭਣ ਦੇ, ਤੇ ਉਸ ਵੇਲੇ ਇਤਿਹਾਸਕਾਰ ਕਹਿੰਦੇ ਆ ਸ਼ੇਰੇ ਪੰਜਾਬ ਨੇ ਇੱਕੋ ਸ਼ਰਤ ਰੱਖੀ, ਜੇ ਚਾਹੁੰਦੇ ਹੋ ਆਪਣੇ ਸਰਦਾਰ ਦਾ ਸਿਰ ਲੈਣਾ ਤਾਂ ਤੁਸੀਂ ਮੈਨੂੰ ਸਰਦਾਰ ਕਬੂਲ ਕਰੋ, ਆਪਣਾ ਆਗੂ ਕਬੂਲ ਕਰੋ। ਉਹਨਾਂ ਚੱਠੇ ਮਿਸਲ ਨੇ ਜੀ ਆਗੂ ਕਬੂਲ ਕਰ ਲਿਆ। ਵਕਤ ਬਣਦਾ ਰਿਹਾ ਇੱਧਰ ਅਬਦਾਲੀ ਆਇਆ, ਅਬਦਾਲੀ ਦਾ ਪੋਤਰਾ, ਅਬਦਾਲੀ ਤੇ ਸਰਦਾਰ ਚੜ੍ਹਤ ਸਿੰਘ ਦੇ ਸਮੇਂ ਆਇਆ, ਅਬਦਾਲੀ ਦਾ ਪੋਤਰਾ ਜਹਾਨ ਖਾਨ ਇਹ ਲਾਹੌਰ ਦੇ ਕਿਲੇ ਤੇ ਕਬਜ਼ਾ ਕਰਦਾ ਹੈ, ਕਾਬਜ਼ ਹੋ ਕੇ ਤੇ ਇੱਥੇ ਕਾਤਲੋ ਗਾਰਦ ਕਰਦਾ, ਆਮ ਨਿਤਾਣੇ ਤੇ ਗਰੀਬ ਬੰਦਿਆਂ ਨੂੰ ਇਹਨੇ ਮਾਰਨਾ ਸ਼ੁਰੂ ਕਰ ਦਿੱਤਾ, ਇੱਥੋਂ ਤੱਕ ਕਿ ਧੀਆਂ ਭੈਣਾਂ ਦੀ ਬੇਪਤੀ ਕੀਤੀ। ਉਸ ਵੇਲੇ ਇਤਿਹਾਸਕਾਰ ਸ਼ਬਦ ਕਹਿੰਦੇ ਆ ਜੀ, ਪਰ ਜਦੋਂ ਸ਼ੇਰੇ ਪੰਜਾਬ ਨੂੰ ਪਤਾ ਲੱਗਾ ਇਹਨਾਂ ਦੇ ਕੋਲ ਹੁਣ ਤਾਕਤ ਆ ਚੁੱਕੀ ਏ, ਇਹਨਾਂ ਨੇ ਉਸ ਪਠਾਨ ਨੂੰ ਜਾ ਕੇ, ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਨੂੰ ਜਾ ਕੇ ਲਾਹੌਰ ਦੇ ਕਿਲੇ ਚ ਲਲਕਾਰਿਆ। ਸਭ ਤੋਂ ਪਹਿਲਾਂ ਸ਼ਬਦ ਕਿਹਾ ਉਹ ਅਹਿਮਦ ਸ਼ਾਹ ਅਬਦਾਲੀ ਦੇ ਪੋਤਰਿਆ, ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਲਲਕਾਰਦਾ, ਆ ਬਾਹਰ ਮੇਰੇ ਨਾਲ ਸਾਹਮਣਾ ਕਰ। ਉਹਨਾਂ ਸਾਹਮਣਾ ਕੀਤਾ ਜੀ, ਪਰ ਸਿੱਖ ਫੌਜਾਂ ਦੇ ਹੱਥੋਂ ਉਹ ਹਾਰ ਗਏ। ਜਦੋਂ ਹਾਰੇ ਤੇ ਉਹ ਕਿਲਾ ਛੱਡ ਕੇ ਚਲੇ ਗਏ, ਇੱਧਰ ਇਹ ਗੁਜਰਾਂ ਵਾਲੇ ਆ ਗਏ ਵਾਪਸ। ਫਿਰ ਲਾਹੌਰ ਕਿਲੇ ਦੇ ਉੱਥੋਂ ਦੇ ਵਾਸੀ ਲੋਕਾਂ ਨੇ ਸ਼ੇਰੇ ਪੰਜਾਬ ਨੂੰ ਅਰਜੀ ਪਾਈ, ਜਦੋਂ ਉਮਰ 20 ਸਾਲਾਂ ਦੀ ਸੀ, ਅਰਜੀ ਪਾ ਕੇ ਕਿਹਾ 1801 ਦਾ ਸਮਾਂ ਆ ਗਿਆ, ਅਰਜੀ ਪਾ ਕੇ ਕਿਹਾ ਤੁਸੀਂ ਜੀ ਲਾਹੌਰ ਦਾ ਕਿਲਾ ਆ ਕੇ ਆਪ ਸਾਂਭ ਲਓ, ਤੁਸੀਂ ਆ ਕੇ ਇਹਨੂੰ ਸਾਂਭ ਲਓ। ਸ਼ੇਰੇ ਪੰਜਾਬ ਜਾਂਦਾ ਉਹਨਾਂ ਦੀ ਅਰਜੀ ਸੁਣ ਕੇ। ਲਾਹੌਰ ਕਿਲੇ ਵਿੱਚ ਸ਼ੇਰੇ ਪੰਜਾਬ ਦੀ ਤਾਜਪੋਸ਼ੀ ਹੁੰਦੀ ਹੈ ਤੇ ਇਹਨੂੰ ਪੰਜਾਬ ਦਾ ਰਾਜਾ ਮਿਥਿਆ ਜਾਂਦਾ ਹੈ। ਇੱਕ ਥੋੜੀ ਜਿਹੀ ਘਟਨਾ ਮੈਂ ਹੋਰ ਬਿਆਨ ਕਰ ਦਵਾਂ। ਜਦੋਂ ਤਾਜਪੋਸ਼ੀ ਹੋਈ ਤੇ ਤਖ਼ਤ ਸ਼ੇਰੇ ਪੰਜਾਬ ਨੂੰ ਕਿਹਾ ਗਿਆ ਤਖ਼ਤ ਤੇ ਵਿਰਾਜਮਾਨ ਹੋ। ਤਖ਼ਤ ਸੀ ਬੜਾ ਸੋਹਣਾ ਲਾਹੌਰ ਦੇ ਕਿਲੇ 'ਚ। ਸ਼ੇਰੇ ਪੰਜਾਬ ਨੇ ਇੱਕ ਸ਼ਬਦ ਕਿਹਾ, ਨਹੀਂ, ਤਖ਼ਤਾਂ ਤਾਜਾਂ ਦਾ ਮਾਲਕ ਤਾਂ ਮੇਰਾ ਗੁਰੂ ਗੋਬਿੰਦ ਸਿੰਘ ਹੈ, ਮੈਂ ਤਖ਼ਤ ਤੇ ਵਿਰਾਜਮਾਨ ਨਹੀਂ ਹੋਣਾ, ਮੈਂ ਤਖ਼ਤ 'ਤੇ ਨਹੀਂ ਬਹਿਣਾ। ਅਤੇ ਸਾਰੀ ਉਮਰ ਜਾਂ ਉਹ ਦਰੀ 'ਤੇ ਬਹਿੰਦੇ ਰਹੇ ਆ ਗਲੀਚੇ 'ਤੇ, ਜਾਂ ਇੱਕ ਕੁਰਸੀ ਸੀ ਜਿਹਦੇ ਉੱਤੇ ਬਹਿ ਕੇ ਫਰਿਆਦੀਆਂ ਦੀ ਫਰਿਆਦ ਸੁਣੀ ਜਾਂਦੀ ਸੀ। ਸ਼ੇਰੇ ਪੰਜਾਬ ਸਾਰੀ ਉਮਰ ਤਖ਼ਤ 'ਤੇ ਨਹੀਂ ਬੈਠਾ, ਪਰ ਰਾਜ ਭਾਗ ਸਾਂਭਿਆ।